ਓਲੰਪਿਕ ਤਗਮਾ ਜਿੱਤੂ ਸੁਸ਼ੀਲ ਕੁਮਾਰ ਦੀਆਂ ਮੁਸ਼ਕਲਾਂ ਹੁਣ ਘਟਦੀਆਂ ਹੋਈਆਂ ਨਜ਼ਰ ਨਹੀਂ ਆ ਰਹੀਆਂ ਅਤੇ ਦਿਨੋ ਦਿਨ ਉਹ ਹੁਣ ਮੁਸੀਬਤਾਂ ਦੇ ਵਿੱਚ ਫਸਦੇ ਜਾ ਰਹੇ ਨੇ। ਹਾਲਾਂ ਦੇ ਵਿੱਚ ਸੁਸ਼ੀਲ ਕੁਮਾਰ ਨੂੰ ਦਿੱਲੀ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿੱਤਾ ਗਿਆ ਸੀ। ਦੱਸ ਦਈਏ ਕਿ ਸੁਸ਼ੀਲ ਕੁਮਾਰ ਜੋ ਕਿ ਓਲੰਪਿਕ ਤਗਮਾ ਜਿੱਤੂ ਹਨ, ਜਿਨ੍ਹਾਂ ਨੇ ਸਾਡੇ ਦੇਸ਼ ਦਾ ਹਮੇਸ਼ਾ ਹੀ ਨਾਮ ਰੋਸ਼ਨ ਕੀਤਾ ਹੈ, ਪਰ ਹਾਲਾਂ ਦੇ ਵਿੱਚ ਸੁਸ਼ੀਲ ਕੁਮਾਰ ਦੇ ਵੱਲੋਂ ਇੱਕ ਇਹੋ ਜਿਹਾ ਸ਼ਰਮਨਾਕ ਕਾਰਾ ਕੀਤਾ ਗਿਆ ਜਿਸ ਤੋਂ ਬਾਅਦ ਚੌਂ ਤਰਫਾ ਉਹਨਾਂ ਦੀ ਨਿੰਦਿਆ ਹੋ ਰਹੀ ਹੈ ਅਤੇ ਹੁਣ ਸੁਸ਼ੀਲ ਕੁਮਾਰ ਪੁਲਿਸ ਰਿਮਾਂਡ ਤੇ ਹਨ। ਦੱਸ ਦਈਏ ਕਿ ਸੁਸ਼ੀਲ ਕੁਮਾਰ ਦੇ ਵੱਲੋਂ ਪਹਿਲਵਾਨ ਸਾਗਰ ਨੂੰ ਕੁੱਟਿਆ ਗਿਆ ਸੀ, ਜਿਸ ਤੋਂ ਬਾਅਦ ਜੋ ਸੁਸ਼ੀਲ ਕੁਮਾਰ ਹੈ ਉਹ ਲਗਾਤਾਰ ਵਿਵਾਦਾਂ ਦੇ ਵਿੱਚ ਘਿਰਦੇ ਗਏ। ਉਹਨਾਂ ਦੀ ਗ੍ਰਿਫਤਾਰੀ ਦੇ ਲਈ ਇਨਾਮ ਵੀ ਪੁਲਿਸ ਦੇ ਵੱਲੋਂ ਘੋਸ਼ਿਤ ਕਰ ਦਿੱਤਾ ਗਿਆ ਸੀ। ਉਸ ਤੋਂ ਬਾਅਦ ਸੁਸ਼ੀਲ ਕੁਮਾਰ ਗ੍ਰਿਫਤਾਰ ਹੋ ਗਏ ਅਤੇ ਹੁਣ ਪੁਲਿਸ ਹਿਰਾਸਤ ਦੇ ਵਿੱਚ ਹਨ। ਦੱਸ ਦਈਏ ਕਿ ਸੁਸ਼ੀਲ ਕੁਮਾਰ ਦੇ ਉੱਤੇ ਗੈਰ ਜ਼ਮਾਨਤੀ ਵਾਰੰਟ ਵੀ ਜਾਰੀ ਕੀਤੇ ਗਏ ਸਨ, ਪਰ ਕਾਫੀ ਲੋਕਾਂ ਨੂੰ ਇਹ ਸੀ ਕਿ ਹੋ ਸਕਦਾ ਹੈ ਕਿ ਸੁਸ਼ੀਲ ਕੁਮਾਰ ਨੂੰ ਫਸਾਇਆ ਗਿਆ ਹੋਵੇ। ਸੁਸ਼ੀਲ ਕੁਮਾਰ ਨੇ ਸਾਗਰ ਦਾ ਕਤਲ ਨਹੀਂ ਕੀਤਾ, ਇਹ ਕਾਫੀ ਲੋਕਾਂ ਦੇ ਦਿਮਾਗ ਦੇ ਵਿੱਚ ਸਵਾਲ ਜਾਂ ਚਿੰਨ੍ਹ ਹੋਵੇਗਾ। ਪਰ ਤੁਹਾਨੂੰ ਦੱਸ ਦਈਏ ਕਿ ਹੁਣ ਇੱਕ ਵੀਡੀਓ ਸਾਹਮਣੇ ਆਈ ਹੈ ਛਤਰਸਾਲ ਸਟੇਡੀਅਮ ਦੀ, ਜਿੱਥੇ ਸਾਗਰ ਪਹਿਲਵਾਨ ਨੂੰ ਕੁੱਟ ਕੇ ਉਸਦੀ ਹੱਤਿਆ ਕੀਤੀ ਗਈ ਸੀ। ਉਸ ਸਟੇਡੀਅਮ ਦੇ ਵਿੱਚ ਸੁਸ਼ੀਲ ਕੁਮਾਰ ਖੁਦ ਸਾਗਰ ਪਹਿਲਵਾਨ ਨੂੰ ਕੁੱਟਦੇ ਹੋਏ ਨਜ਼ਰ ਆ ਰਹੇ ਨੇ। ਸੁਸ਼ੀਲ ਕੁਮਾਰ ਅਤੇ ਉਹਨਾਂ ਦੇ ਤਿੰਨ ਸਾਥੀ ਤਿੰਨੋ ਜਣੇ ਹੀ ਸਾਗਰ ਪਹਿਲਵਾਨ ਨੂੰ ਕੁੱਟ ਰਹੇ ਹਨ ਅਤੇ ਸੁਸ਼ੀਲ ਕੁਮਾਰ ਦੇ ਹੱਥ ਦੇ ਵਿੱਚ ਵੀ ਡੰਡਾ ਦੇਖਿਆ ਜਾ ਰਿਹਾ ਅਤੇ ਖੂਨ ਦੇ ਨਾਲ ਲਥਪਥ ਸਾਗਰ ਪਹਿਲਵਾਨ ਜ਼ਮੀਨ ਤੇ ਡਿੱਗਿਆ ਪਿਆ ਹੈ। ਇਹ ਵੀਡੀਓ ਹੁਣ ਸੋਸ਼ਲ ਮੀਡੀਆ ਦੇ ਉੱਤੇ ਜਾਰੀ ਕਰ ਦਿੱਤੀ ਗਈ ਹੈ, ਜਿਸ ਤੋਂ ਬਾਅਦ ਚੌ ਤਰਫਾ ਸੁਸ਼ੀਲ ਕੁਮਾਰ ਦੀ ਨਿੰਦਿਆ ਹੋ ਰਹੀ ਹੈ। ਦੱਸ ਦਈਏ ਕਿ ਜਿਸ ਵਿਅਕਤੀ ਨੇ ਇਹ ਵੀਡੀਓ ਬਣਾਈ ਹੈ ਸੁਸ਼ੀਲ ਕੁਮਾਰ ਦੀ, ਉਸਦਾ ਕਹਿਣਾ ਹੈ ਕਿ ਸੁਸ਼ੀਲ ਕੁਮਾਰ ਨੇ ਖੁਦ ਇਹ ਵੀਡੀਓ ਬਣਵਾਈ ਸੀ ਬੋਲ ਕੇ ਕਿ ਤਾਂ ਕਿ ਜੋ ਸੁਸ਼ੀਲ ਕੁਮਾਰ ਹੈ ਉਸਦਾ ਲੋਕਾਂ ਦੇ ਉੱਤੇ ਦਬਦਬਾ ਬਣਿਆ ਰਹੇ ਅਤੇ ਉਹ ਆਪਣਾ ਡਰ ਕਾਇਮ ਰੱਖ ਸਕੇ। ਅਤੇ ਹੁਣ ਸੁਸ਼ੀਲ ਕੁਮਾਰ ਦੀ ਇਹ ਵੀਡੀਓ ਜਾਰੀ ਹੋਣ ਤੋਂ ਬਾਅਦ ਇਹ ਪੂਰਾ ਖੁਲਾਸਾ ਹੋ ਚੁੱਕਾ ਹੈ ਕਿ ਵਾਕੇ ਹੀ ਸੁਸ਼ੀਲ ਕੁਮਾਰ ਦੇ ਵੱਲੋਂ ਸਾਗਰ ਪਹਿਲਵਾਨ ਦਾ ਕਤਲ ਕੀਤਾ ਗਿਆ। ਜੇਕਰ ਸਾਗਰ ਪਹਿਲਵਾਨ ਦੇ ਪਰਿਵਾਰਿਕ ਮੈਂਬਰਾਂ ਦੀ ਗੱਲ ਕਰੀਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਸੁਸ਼ੀਲ ਕੁਮਾਰ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ। ਅਤੇ ਦੂਜੇ ਪਾਸੇ ਸੁਸ਼ੀਲ ਕੁਮਾਰ ਦੇ ਮਾਪਿਆਂ ਦਾ ਕਹਿਣਾ ਹੈ ਕਿ ਜੇਕਰ ਉਸਨੇ ਇੱਕ ਗਲਤੀ ਕਰ ਦਿੱਤੀ ਤਾਂ ਉਸਦੀ ਇੱਕ ਗਲਤੀ ਮਾਫ ਹੋਣੀ ਚਾਹੀਦੀ ਹੈ, ਕਿਉਂਕਿ ਉਸਨੇ ਪਹਿਲਾਂ ਵੀ ਸਾਡੇ ਦੇਸ਼ ਦਾ ਹਮੇਸ਼ਾ ਹੀ ਨਾਮ ਰੋਸ਼ਨ ਕੀਤਾ ਹੈ। ਜੇਕਰ ਉਸ ਤੋਂ ਇਹ ਗਲਤੀ ਹੋਈ ਹੈ ਤਾਂ ਉਸਨੂੰ ਮਾਫ ਕਰਨਾ ਚਾਹੀਦਾ ਹੈ। ਜਦਕਿ ਸੁਸ਼ੀਲ ਕੁਮਾਰ ਭਾਵੇਂ ਇਸ ਦੁਨੀਆ ਦਾ ਨਾਮ ਰੋਸ਼ਨ ਕਰ ਚੁੱਕੇ ਹਨ, ਪਰ ਉਸਨੇ ਇੱਕ ਮਾਪਿਆਂ ਦਾ ਪੁੱਤ ਖੋਇਆ, ਜਿਸ ਨੂੰ ਦੇਖਦੇ ਹਰ ਕੋਈ ਮੰਗ ਕਰ ਰਿਹਾ ਕਿ ਸੁਸ਼ੀਲ ਕੁਮਾਰ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਹੁਣ ਸੁਸ਼ੀਲ ਕੁਮਾਰ ਦੀ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਸੀਂ ਆਪਣੇ ਕਮੈਂਟ ਕੀ ਦੇਣਾ ਚਾਹੁੰਦੇ ਹੋ? ਸੁਸ਼ੀਲ ਕੁਮਾਰ ਨੂੰ ਕੀ ਸਜ਼ਾ ਮਿਲਣੀ ਚਾਹੀਦੀ ਹੈ ਆਪਣੇ ਵੱਲੋਂ? ਉਸਦੇ ਲਈ ਆਪਣੀ ਸਜ਼ਾ ਕਮੈਂਟ ਬਾਕਸ ਵਿੱਚ ਜ਼ਰੂਰ ਦੇਣਾ।